ਅੱਜ ਜ਼ਿਲ੍ਹਾ ਨਵਾਂਸ਼ਹਿਰ ਪਿੰਡ ਜਾਡਲਾ ਤੋਂ ਮਾਸਟਰ ਮਰੂਚਾਂ ਦੀ ਪਾਰਟੀ, ਜਿਹੜੀ ਕਿ 50 ਸਾਲ ਤੋਂ ਪਾਰਟੀ ਚੱਲਦੀ ਆ ਰਹੀ ਹੈ, ਅੱਜ ਇਹ ਪਾਰਟੀ ਨੌ ਲੜੀ ਵਿਖੇ ਪਹੁੰਚੀ ਹੋਈ ਆ, ਜਿਨ੍ਹਾਂ ਨੇ 2 ਦਿਨ ਇੱਥੇ ਪ੍ਰੋਗਰਾਮ ਕੀਤਾ। ਪਹਿਲੇ ਦਿਨ ਪੂਰਨ ਭਗਤ ਦਾ ਅਤੇ ਅੱਜ ਦਿੱਲੀ ਦਰਬਾਰ ਪ੍ਰਿਥੀ ਸਿੰਘ ਰਾਠੌਰ ਦਾ ਡਰਾਮਾ ਕੀਤਾ, ਜਿਹਦੇ ਵਿੱਚ ਨਸ਼ਿਆਂ ਤੋਂ ਰਹਿਤ ਔਰ ਬੱਚੇ ਪਰਿਵਾਰਾਂ ਨੂੰ ਸਿਹਤ ਮਿਲਦੀ ਆ। ਜਿਹੜੇ ਇੱਦਾਂ ਦੇ ਪ੍ਰੋਗਰਾਮ ਆ ਇਹ ਹਰ ਪਿੰਡਾਂ ਦੇ ਵਿੱਚ ਹੋਣੇ ਚਾਹੀਦੇ ਆ, ਤਾਂ ਕਿ ਬੱਚਿਆਂ ਨੂੰ ਔਰ ਬੱਚੇ ਨਸ਼ਿਆਂ ਤੋਂ ਰੋਕਣ ਔਰ ਭੈਣਾਂ ਬੀਬੀਆਂ ਨੂੰ ਇਸ ਡਰਾਮੇ ਵਿੱਚ ਸਿਹਤ ਮਿਲੇ। ਨਾਟਕ ਦੇ ਵਿੱਚ ਦਿਖਾਇਆ ਗਿਆ ਸੀਗਾ ਵੀ ਜਿਹੜਾ ਹੈਗਾ ਇੱਕ ਧਾਰਮਿਕ ਹੈਗਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ, ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਹੋਣੇ ਚਾਹੀਦੇ? ਹਾਂ, ਜਿਹੜੇ ਅਸੀਂ ਅੱਜ ਪ੍ਰੋਗਰਾਮ ਕੀਤਾ, ਜਿਸ ਤਰ੍ਹਾਂ ਸ਼ਹਿਨਸ਼ਾਹ ਅਕਬਰ ਦਾ ਦਰਬਾਰ ਸੀ, ਕੱਲ੍ਹ ਰਾਜੇ ਸਲਵਾਨ ਦਾ ਦਰਬਾਰ ਸੀ, ਇਹ ਜਿਹੜੇ ਰਾਜੇ ਮਹਾਰਾਜੇ ਆ, ਇੱਥੋਂ ਪਤਾ ਲੱਗਦਾ ਕਿ ਇੱਦਾਂ ਦੇ ਹਰ ਪਿੰਡਾਂ ਦੇ ਵਿੱਚ ਸਾਨੂੰ ਸੱਦ ਕੇ ਇਹ ਸੇਧ ਹੋਣੀ ਚਾਹੀਦੀ ਆ ਔਰ ਇਹਨਾਂ ਦੇ ਉਪਰਾਲੇ ਹੋਣੇ ਚਾਹੀਦੇ। ਮੇਰਾ ਨਾਮ ਆਤਮਾ ਰਾਮ, ਵੈਸੇ ਮੱਖਣ ਕਹਿੰਦੇ ਸਾਰੀ। ਅੱਛਾ, ਜਿਹੜਾ ਪ੍ਰੋਗਰਾਮ ਲਾਇਆ ਕੀ ਪ੍ਰੋਗਰਾਮ ਸੀਗਾ, ਕੀ ਹੈਗਾ? ਇਸ ਦੇ ਵਿੱਚ ਇਹ ਹੁੰਦਾ ਆ ਵੀ ਜੋ ਵੀ ਅਸੀਂ ਪ੍ਰੋਗਰਾਮ ਸਟੇਜ 'ਤੇ ਪੇਸ਼ ਕਰਦੇ ਹਾਂ ਇਹਦੇ ਨਾਲ ਦੁਨੀਆ ਨੂੰ ਸੇਧ ਮਿਲਦੀ ਆ, ਲੜਕੀਆਂ ਨੂੰ ਸੇਧ ਮਿਲਦੀ, ਲੜਕਿਆਂ ਨੂੰ ਸੇਧ ਮਿਲਦੀ ਆ। ਇਸ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਕਿ ਆਪਣੇ ਇਨਸਾਨੀਅਤ ਦੇ ਨਾਤੇ ਦੇ ਵਿੱਚ ਜਦੋਂ ਰਿਸ਼ਤਿਆਂ ਦੇ ਵਿੱਚ ਵਿਤਕਰਾ ਪੈ ਜਾਂਦਾ, ਵਿਤਕਰੇ ਨੂੰ ਕਿਸ ਤਰ੍ਹਾਂ ਸੋਧਣਾ ਹੈ, ਇਹਦੇ ਵਿੱਚ ਸਾਰਾ ਕੁਛ ਦੱਸਿਆ ਜਾਂਦਾ ਹੈ ਨਾਟਕ ਖੇਡ ਦੇ ਵਿੱਚ। ਕੀ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ ਜਿਹੜੀ ਹੁਣ ਨਵੀਂ ਪੀੜ੍ਹੀ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਕੀ ਉਪਰਾਲੇ ਹੋਣੇ? ਦੇਖੋ, ਇਹਦੇ ਵਿੱਚ ਇਹ ਆ ਜੀ, ਜਦੋਂ ਆਪਾਂ ਇਹੋ ਜਿਹੀਆਂ ਚੀਜ਼ਾਂ ਸਟੇਜ 'ਤੇ ਪੇਸ਼ ਕਰਾਂਗੇ, ਬੱਚਿਆਂ ਨੂੰ ਇਸੇ ਕਰਕੇ ਪਤਾ ਲੱਗੂਗਾ ਵੀ ਸਾਡੇ ਪਿਛੋਕੜ ਦੇ ਵਿੱਚ ਕੀ ਕੁਛ ਹੋ ਰਿਹਾ ਸੀ ਅਤੇ ਹੁਣ ਕੀ ਕੁਛ ਹੋ ਰਿਹਾ। ਕੀ ਕਹਿਣਾ ਚਾਹੁੰਦੇ ਹੋ ਇਸ ਪਿੰਡ ਨਗਰ ਦਾ ਜਿਹੜਾ ਕਿੰਨਾ ਕੁ ਤੁਹਾਨੂੰ ਜਿਹੜਾ ਸਹਿਯੋਗ ਮਿਲਿਆ? ਦੇਖੋ ਜੀ, ਸਾਨੂੰ ਇੰਨਾ ਸਹਿਯੋਗ ਮਿਲਿਆ, 2 ਦਿਨ ਇੰਨਾ ਸੰਗਤ ਵੱਲੋਂ ਸਾਨੂੰ ਪਿਆਰ ਮਿਲਿਆ ਵੀ ਹਰ ਨਗਰਾਂ ਦੇ ਵਿੱਚੋਂ ਵੈਸੇ ਤਾਂ ਸਹਿਯੋਗ ਮਿਲਦਾ, ਪਰ ਸਾਨੂੰ ਇੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਜਦੋਂ ਸਾਰੇ ਸਰੋਤੇ ਬੈਠ ਕੇ ਸਾਰਾ ਪ੍ਰੋਗਰਾਮ ਦੇਖ ਕੇ ਜਾਂਦੇ ਆ, ਮਨ ਨੂੰ ਇੰਨੀ ਖੁਸ਼ੀ ਮਿਲਦੀ ਹੈ ਵੀ ਹਾਂ ਇਸ ਨਗਰਾਂ ਦੇ ਵਿੱਚ ਇਹ ਸਾਰੇ ਬੱਚੇ ਬਜ਼ੁਰਗ ਸਾਡੀਆਂ ਮਾਤਾਵਾਂ ਭੈਣਾਂ ਇਹਦੇ ਵਿੱਚ ਕੁਝ ਨਾ ਕੁਝ ਸਿੱਖ ਕੇ ਜਾਂਦੇ ਆ ਜੀ। ਕੀ ਸੀਗਾ ਮੇਨ ਇੱਥੇ ਦਾ ਜਿਹੜਾ ਪ੍ਰੋਗਰਾਮ ਸੀ, ਕੀ ਪ੍ਰੋਗਰਾਮ ਸੀ? ਮੇਨ ਤਾਂ ਇਹ ਸੀ ਜੋ ਕੋਈ ਸੁੱਖਣਾ ਸੁੱਖ ਲੈਂਦਾ ਹੈ ਉਹ ਫਿਰ ਬੰਦਾ ਆਪਣੀ ਸੁੱਖਣਾ ਦਿੰਦਾ ਹੈ, ਇਹ ਬੱਚੇ ਦੀ ਖੁਸ਼ੀ ਦੇ ਵਿੱਚ ਇਹ ਪ੍ਰੋਗਰਾਮ ਲਿਖਿਆ ਗਿਆ ਸੀ।